ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ। ਓਕਲੈਂਡ ਦੇ ਵਿੱਚ ਜਿਹੜਾ ਪੁਲਿਸ ਆਫੀਸਰ ਮਾਰਿਆ ਗਿਆ ਸੀ ਟੁਆਨ ਲੀ, ਉਹਦੇ ਸੰਬੰਧ ਦੇ ਵਿੱਚ ਚੌਥਾ ਸਸਪੈਕਟ ਇੱਕ ਵਾਰੀ ਫੇਰ ਫੜ ਲਿਆ ਗਿਆ ਹੈਗਾ। ਕਹਿੰਦੇ ਵੀ ਇਸ ਨੂੰ ਜਿਹੜਾ ਵਰਗਲਰੀ ਤੇ ਮਾਰਵਾਨਾ ਦਾ ਜਿਹੜਾ ਬਿਜ਼ਨਸ ਆ ਉਹਦੇ ਸੰਬੰਧ ਦੇ ਵਿੱਚ ਜਦੋਂ ਇਹ ਪੁਲਿਸ ਆਫੀਸਰ ਉੱਥੇ ਗਿਆ ਸੀ ਤੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਹਾਲਾਂਕਿ ਇਹਨਾਂ ਚੋਂ ਇੱਕ ਸਸਪੈਕਟ ਇਦਾਂ ਦਾ ਵੀ ਫੜਿਆ ਜਿਸ ਨੇ ਜਦੋਂ ਉਹ 17 ਸਾਲਾਂ ਦਾ ਸੀ ਇੱਕ ਹੋਰ ਬੰਦੇ ਨੂੰ ਵੀ ਮਾਰਿਆ ਸੀ ਤੇ ਉਹ ਜੇਲ੍ਹ ਕੱਟ ਕੇ ਬਾਹਰ ਆਇਆ ਹੋਇਆ ਸੀ। ਅਲਾਮੀਡਾ ਕਾਉਂਟੀ ਦੇ ਪ੍ਰੋਸੀਕਿਊਟਰਸ ਨੇ ਅਨਾਉਂਸ ਕੀਤਾ ਹੈ ਵੀ ਮਰਡਰ ਦੇ ਚਾਰਜਸ ਮਾਰਕ ਡਿਮਿਟਰੀਅਸ ਸੈਂਡਰਸ 27 ਸਾਲਾਂ ਦਾ, ਐਲਨ ਸਟਾਰ ਬ੍ਰਾਊਨ 28 ਸਾਲਾਂ ਦਾ ਤੇ ਇੱਕ 30 ਸਾਲਾਂ ਦਾ ਸੀਬਰਨ ਰਸਲ, ਉਹਨਾਂ ਦੇ ਉੱਤੇ ਲਾਏ ਗਏ ਹੈਗੇ ਆ। ਸੈਂਡਰਸ, ਰਸਲ ਤੇ ਕੂਪਰ ਇਹ ਸਾਰੇ ਕੋ ਡਿਫੈਂਡੈਂਟ ਹੈਗੇ ਆ। ਇਹਨਾਂ ਨੂੰ ਜਿਹੜਾ ਆ ਮਰਵਾਨਾ ਗਰੋ ਕਰਨ ਦੇ ਵਿੱਚ ਵੀ ਚਾਰਜ ਕੀਤਾ ਗਿਆ ਹੈਗਾ ਆ। ਸੋ ਹੁਣ ਤੱਕ 4 ਜਣੇ ਜੋ ਆ ਇਸ ਪੁਲਿਸ ਆਫੀਸਰ ਨੂੰ ਮਾਰਨ ਦੇ ਵਿੱਚ ਜੋ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ। ਜੀ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਂਦੇ ਹਾਂ ਤਾਂ ਕਹਿੰਦੇ ਵੀ ਕੈਲੀਫੋਰਨੀਆ ਵਾਹਦ ਇੱਕ ਅਜਿਹਾ ਸੂਬਾ ਬਣ ਚੁੱਕਾ ਆ ਜਿੱਥੇ ਲਗਾਤਾਰ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਕੈਲੀਫੋਰਨੀਆ ਨੂੰ ਛੱਡ ਕੇ ਜਿਹੜਾ ਉਹ ਗਏ ਹੈਗੇ ਆ। ਯੂ ਹਾਲ ਦੀ ਜਿਹੜੀ ਇੱਕ ਨਵੀਂ ਲਿਸਟ ਉਹਨਾਂ ਨੇ ਜਾਰੀ ਕੀਤੀ ਆ ਉਸ ਵਿੱਚ ਇਹ ਖੁਲਾਸਾ ਹੋਇਆ ਆ, ਕਹਿੰਦੇ ਵੀ ਕੈਲੀਫੋਰਨੀਆ ਸਾਰੀਆਂ ਸਟੇਟਸ ਨੂੰ ਬੀਟ ਕਰ ਗਿਆ ਜਿਸ ਦੇ ਵਿੱਚ ਰੈਜੀਡੈਂਟਸ ਇਸ ਸੂਬੇ ਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਆ। ਯੂ ਹਾਲ ਦੇ ਵਨ ਵੇ ਆਊਟ ਆਫ ਸਟੇਟ ਜਿਹੜੇ ਰੈਂਟਲਸ ਆ ਉਹ ਸਭ ਤੋਂ ਵੱਧ ਗੋਲਡਨ ਸਟੇਟ ਦੇ ਵਿੱਚ ਜਿਹੜੇ ਉਹ ਰਹੇ ਆ। ਆਪਾਂ ਆਲਰੇਡੀ ਇਸ ਦਾ ਦੇਖਿਆ ਹੀ ਆ ਨਤੀਜਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਹੈ ਵੀ ਕਿਸ ਤਰੀਕੇ ਦੇ ਨਾਲ ਵੀ 2 ਸੀਟਾਂ ਜਿਹੜੀਆਂ ਆ ਕੈਲੀਫੋਰਨੀਆ ਦੀਆਂ ਘਟੀਆਂ ਹੈ ਕਿਉਂਕਿ ਰੈਜੀਡੈਂਟਸ ਜਿਹੜੇ ਇੱਥੇ ਘਟੇ ਨੇ ਤੇ ਯੂ ਹਾਲ ਨੇ ਜਿਹੜੀ ਇਸ ਲਿਬਰਲ ਸਟੇਟ ਆ ਉਸ ਦੇ ਵਿੱਚ ਜਿਹੜਾ ਦੱਸਿਆ ਵੀ ਉਹਨਾਂ ਦੀ ਲਿਸਟ ਦੇ ਵਿੱਚ ਸਭ ਤੋਂ ਵੱਧ ਆਏ ਆ ਜਿਹੜੇ ਆਊਟਬਾਉਂਡ ਮੂਵਰਸ ਆ 2023 ਦੇ ਵਿੱਚ ਜਿਹੜੇ ਉਹ ਰਹੇ ਨੇ। ਜੀ, ਅਗਲੀ ਖਬਰ ਸਿਟੀ ਆਫ ਸੈਨੋਜ਼ੇ ਤੋਂ ਆ ਰਹੀ ਆ ਜਿੱਥੇ ਕਿ ਇੱਕ ਕਹਿੰਦੇ ਵੀ ਰੇਸਿਸਟ ਕਾਪ ਦਾ ਜਿਹੜਾ ਸਕੈਂਡਲ ਆ ਉਹ ਐਕਸਪੋਜ਼ ਹੋਇਆ ਹੈਗਾ। ਜਦੋਂ ਜੱਜ ਨੇ ਆਰਡਰ ਕੀਤਾ ਜਿੰਨੇ ਵੀ ਜਿਹੜੇ ਡਿਸਕਲੋਜ਼ਰ ਆ ਨਵੇਂ ਟੈਕਸਟ ਇਸ ਆਫੀਸਰ ਦੇ ਨਾਮ ਦੇ ਨਾਲ ਸੰਬੰਧਿਤ ਆ ਉਹ ਆਏ ਹੈਗੇ ਆ ਵੀ ਕਿਸ ਤਰ੍ਹਾਂ ਇਹ ਜਿਹੜੇ ਨੌਨ ਵਾਈਟ ਲੋਕ ਸੀ ਉਹਨਾਂ ਦੇ ਲਈ ਇਹ ਟੈਕਸ ਕਰਦਾ ਸੀ ਆਪਣੇ ਨਾਲ ਦੇ ਸਾਥੀਆਂ ਨੂੰ। ਡਿਸਕਲੋਜ਼ਰ ਦੇ ਵਿੱਚ ਅਟਾਰਨੀ ਜੋ ਕੈਨ ਕੁਰੇਨ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਫੈਡਰਲ ਜੱਜ ਨੈਥੀਅਲ ਕਜ਼ਨਸ ਨੇ ਜੋ ਆ ਅਡੀਸ਼ਨਲ ਲੀਗਲ ਡਿਸਕਵਰੀ ਜੋ ਕਿ ਇੱਕ ਫੈਡਰਲ ਸਿਵਲ ਲਾਸੂਟ ਹੈਗਾ ਉਹਦੇ ਤਹਿਤ ਮੰਗੀ ਹੈਗੀ ਆ। ਇਹ ਇੱਕ ਕਹਿੰਦੇ ਵੀ ਸਿਟੀ ਦੇ ਵਿੱਚ ਗ੍ਰੀਨ ਨਾਮ ਦਾ ਬੰਦੇ ਨੂੰ ਗੋਲੀ ਮਾਰੀ ਗਈ ਸੀ ਤੇ ਜ਼ਖਮੀ ਹੋ ਗਿਆ ਸੀ ਮਾਰਚ 2022 ਦੇ ਵਿੱਚ, ਤੇ ਮਾਰਨ ਵਾਲਾ ਸੈਨੋਜ਼ੇ ਦਾ ਪੁਲਿਸ ਡਿਪਾਰਟਮੈਂਟ ਦਾ ਆਫੀਸਰ ਮਾਰਕ ਮੈਕ ਨਾ ਮਾਰਾ ਸੀਗਾ। ਤੇ ਅਡੈਂਟੇ ਪੁਆਇੰਟਰ ਇੱਕ ਗ੍ਰੀਨ ਦਾ ਅਟਾਰਨੀ ਆ, ਉਸਨੇ ਕਿਹਾ ਵੀ ਜਿਹੜੇ ਟੈਕਸ ਮੈਸੇਜਸ ਅਬਟੇਨ ਹੋਏ ਆ ਉਹਦੇ ਸੈੱਲ ਫੋਨ ਤੋਂ ਉਹਦੇ ਵਿੱਚ ਜੋ ਡਿਫੈਂਡੈਂਟ ਮੈਕਨਮਾਰਾ ਜਾਣੀ ਕਿ ਸੈਨੋਜ਼ੇ ਦਾ ਪੁਲਿਸ ਆਫੀਸਰ ਆ ਉਹ ਰੇਸ਼ੀਅਲ ਸਲਰਸ ਵਰਡਸ ਰੈਫਰੈਂਸ ਇਹ ਸਾਰਾ ਕੁਝ ਜਿਹੜਾ ਇਦਾਂ ਦੇ ਯੂਜ਼ ਕਰਦਾ ਸੀਗਾ। ਤੇ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਆ ਉਹ ਵੱਖ ਵੱਖ ਸਕੈਂਡਲਾਂ ਦੇ ਵਿੱਚ ਘਿਰਦੀ ਆ ਰਹੀ ਹੈ। ਕਾਫੀ ਜ਼ਿਆਦਾ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਲੀਵ ਦੇ ਉੱਤੇ ਵੀ ਭੇਜਿਆ ਗਿਆ ਹੈ।